ਅੱਗ ਲੱਗਣਾ, ਕੰਮ ਹੀ ਨਹੀਂ ਨਿਬੜਦਾ ਸਾਰਾ ਦਿਨ। ਇੱਕ ਤਾਂ ਗਰਮੀ ਨੇ ਮੱਤ ਮਾਰੀ ਹੋਈ ਹੈ, ਇੱਕ ਆਹ ਜਵਾਕਾਂ ਨੇ ਮੱਤ ਮਾਰੀ ਹੋਈ ਹੈ। ਜ਼ਿਆਦਾ ਜਵਾਕ ਤਾਂ ਹੋਣ ਹੀ ਨਾ ਕਿਸੇ ਦੇ, ਅੱਜ ਮਸਾਂ ਘੱਲੇ ਸਕੂਲ ਕੁੱਟ ਕੁੱਟ ਕੇ, ਕੁੱਟ ਕੁੱਟ ਕੇ ਮੈਂ ਤਾਂ ਰੱਜ ਜਾਂਦੀ ਹਾਂ, ਫਿਰ ਵੀ ਥੱਲੇ ਲਿਟ ਲਿਟ ਕੇ ਲਿਟ ਲਿਟ ਕੇ ਹੈਂ ਮਸਾਂ ਗਏ। ਮੈਂ ਤਾਂ ਕੁੱਟ ਵੀ ਬਥੇਰਾ ਲੈਂਦੀ ਹਾਂ, ਫਿਰ ਵੀ ਨਹੀਂ ਜਾਂਦੇ ਗੇ, ਹੈ ਪੈਸੇ ਲਏ ਬਿਨਾਂ ਜਾਂਦੇ ਨੇ ਕਿ ਕਹਿਣਗੇ ਪਹਿਲਾਂ 10 ਰੁਪਈਏ ਦੇ ਫਿਰ ਜਾਵਾਂਗੇ ਅਸੀਂ ਤਾਂ। ਹੈ ਹੁਣ ਰੋਜ਼ ਰੋਜ਼ ਭਾਈ ਜਵਾਕਾਂ ਨੂੰ ਕਿੱਥੋਂ ਪੈਸੇ ਦੇਵੇ ਬੰਦਾ 10-10 ਰੁਪਈਏ। 5-6 ਜਵਾਕ ਹੈ, 5-6 ਜਵਾਕਾਂ ਨੂੰ ਭਾਈ ਰੋਜ਼ ਦੀ ਕਿੱਥੋਂ ਹੋਵੇ 50 ਰੁਪਈਆ, ਹੁਣ 60 ਰੁਪਈਆ। ਇਹਨਾਂ ਨੇ ਤਾਂ ਮੇਰੀ ਮੱਤ ਮਾਰੀ ਹੋਈ ਹੈ ਜਵਾਕਾਂ ਨੇ। ਇੰਨੇ ਨੂੰ ਕੰਮ ਕਰਕੇ ਹਟੂੰਗੀ, ਫਿਰ ਆ ਜਾਣਗੇ ਸਕੂਲ ਚੋਂ, ਫਿਰ ਬਣਾਉਣ ਲੱਗ ਜੂੰਗੀ ਰੋਟੀਆਂ, ਕਿਧਰੇ ਸਬਜ਼ੀ, ਕਦਰੇ ਕੱਪੜੇ ਮਾਰਨਗੇ ਚਲਾ ਕੇ, ਕਿਧਰੇ ਝੋਲਾ ਮਾਰਨਗੇ ਚਲਾ ਕੇ, ਹੈ ਫਿਰ ਉਹਨਾਂ ਨੂੰ ਕਰੂੰਗੀ ਸੂਤ। ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸੁੰਭਰ ਲਾਂ ਥੋੜ੍ਹਾ ਜਿਹਾ, ਮੰਜਾ ਡਾਹ ਲਾਂਗੇ ਛਾਵੇਂ ਆਪਦਾ, ਇੱਥੇ ਬਹਿ ਜਾਂਗੇ ਕਈ ਦੇਰ। ਅੰਦਰ ਤਾਂ ਸਾਫ਼ ਰਹਿਣ ਨਹੀਂ ਦਿੰਦੇ ਗੇ ਜਮਾਂ, ਅਸੀਂ ਬਾਹਲਾ ਗੰਦ ਮਾਰਦੇ ਆ, ਸਕੂਲ ਗਏ ਹੋਏ ਆ ਤਾਂ ਕੋਈ ਮਾੜੀ ਜਿਹੀ ਦੇਰ ਸ਼ਾਂਤੀ ਹੈ। ਆਹਾ ਕਿਹੜਾ ਤੁਰਿਆ ਆਉਂਦਾ, ਸਾਡੇ ਤਾਂ ਕੋਈ ਲੰਗੜਾ ਵੀ ਨਹੀਂ ਹੈਗਾ ਸਾਡੇ ਪਰਿਵਾਰ ਚੋਂ ਤਾਂ। ਹੈ ਚਲੋ ਆ ਜਾਣ ਦੇ, ਕੋਈ ਰਾਹ ਰੂਹ ਪੁੱਛਦਾ ਹੋਣਾ ਵਿਚਾਰਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਮਾੜਾ ਹੋਇਆ ਜੀ ਤੁਹਾਡੇ ਨਾਲ, ਰੱਬ ਨੇ ਬੀਬੀ ਤੁਹਾਡੇ ਨਾਲ ਬਹੁਤ ਖਿਲਵਾੜ ਕੀਤਾ, ਤੁਹਾਡੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਹੈ। ਮਾਲਕ ਕਿਸੇ ਨਾਲ ਵੀ ਦੁਸ਼ਮਣ ਨਾਲ ਨਾ ਕਰੇ ਜਿਹੜੀ ਤੁਹਾਡੇ ਨਾਲ ਕੀਤੀ ਹੈ। ਹੇ ਮੇਰੇ ਮਾਲਕਾ, ਤੂੰ ਕਿਸੇ ਗਰੀਬ ਨਾਲ ਇੰਨਾ ਮਾੜਾ ਕਿਉਂ ਕਰਦਾ ਹੁੰਦਾ, ਬਹੁਤ ਮਾੜੀ ਹੋਈ ਹੈ ਬੀਬੀ ਤੁਹਾਡੇ ਨਾਲ। ਇਸ ਵਿਚਾਰੀ ਦਾ ਹੱਸਦਾ ਵੱਸਦਾ ਘਰ ਕਿਉਂ ਉਜਾੜਤਾ ਤੂੰ ਮੇਰੇ ਮਾਲਕਾ। ਭਾਈ ਕੀ ਹੋਇਆ, ਤੂੰ ਕੌਣ ਹੈ, ਰੋਈ ਕਿਉਂ ਜਾਂਦਾ, ਕੀ ਗੱਲ ਹੈ? ਮੈਂ ਭਾਈ ਤੁਹਾਡੇ ਨਾ ਘਰ ਵਾਲਾ ਮਰਿਆ ਨਾ ਤੁਹਾਡਾ, ਉਹਦਾ ਹਾਂ ਤੁਹਾਨੂੰ ਤਾਂ 2 ਸਾਲ ਹੋ ਗਏ ਨਾ, ਇਸ ਕਰਕੇ ਮੈਂ ਚਲੋ ਉਹਦਾ ਦੁੱਖ ਬਣਾ ਜੂਗਾ ਜੀ, ਬੈਠ ਜੂਗਾ 2 ਘੜੀ ਆ ਕੇ। ਤੂੰ ਕੌਣ ਹੈ, ਮੇਰੇ ਘਰ ਵਾਲੇ ਨੂੰ ਤਾਂ 2 ਸਾਲ ਹੋ ਗਏ, ਹੁਣ ਤਾਂ ਮੈਂ ਖੁਸ਼ ਹਾਂ, ਵਧੀਆ ਆਪਦੇ ਠੀਕ ਰਹਿੰਦੀ ਹਾਂ, ਆਪਦੇ ਜਵਾਕਾਂ ਜੱਲਿਆਂ ਦੇ ਵਿੱਚ ਵਧੀਆ ਮੇਰੇ ਜਵਾਕ ਸਕੂਲ ਜਾਂਦੇ ਆ, ਹੁਣ ਆਪਦਾ ਸਾਡਾ ਗੁਜ਼ਾਰਾ ਵਧੀਆ ਚੱਲੀ ਜਾਂਦਾ। 2 ਸਾਲ ਤਾਂ ਹੋ ਗਏ ਜੀ, ਪਰ ਮੈਂ ਤਾਂ ਹੁਣ ਪਹਿਲੀ ਵਾਰ ਆਇਆ, ਮੈਂ ਤਾਂ ਅਫਸੋਸ ਕਰਨਾ ਹੀ ਹੈ ਜੀ। ਅਫਸੋਸ ਕਰਨਾ ਭਾਈ, ਮੈਂ ਤਾਂ ਤੈਨੂੰ ਜਾਣਦੀ ਨਹੀਂ। ਬਹੁਤ ਮਾੜਾ ਹੋਇਆ ਜੀ ਤੁਹਾਡੇ ਨਾਲ, ਬਹੁਤ ਮਾੜਾ। ਦੇਖੋ ਤੁਹਾਡਾ ਰੰਗ ਕਾਲਾ ਹੋ ਗਿਆ ਜਮਾਂ ਜੀ, ਦੇਖੋ। ਨਹੀਂ ਰੰਗ ਕਾਲਾ, ਤੂੰ ਭਾਈ ਕਾਲੀਆਂ ਐਨਕਾਂ ਲਾਈ ਫਿਰਦਾ ਤਾਂ ਕਰਕੇ ਤੈਨੂੰ ਮੇਰਾ ਕਾਲਾ ਰੰਗ ਲੱਗਦਾ, ਮੈਂ ਤਾਂ ਬਥੇਰੀ ਗੋਰੀ ਚਿੱਟੀ ਆ, ਦੱਸ ਦੇਖ ਲੈ। ਹਾਂ ਹਾਂ ਹਾਂ, ਆ ਤਾਂ ਐਨਕਾਂ 'ਚ ਲੱਗਦਾ ਸੀ ਕਾਲਾ ਰੰਗ ਜੀ। ਹੋਰ ਤੂੰ ਤਾਂ ਅੰਨਾ ਬਣਿਆ ਫਿਰਦਾ ਐਨਕਾਂ ਲਾ ਕੇ। ਤੁਹਾਡਾ ਗੋਰਾ ਰੰਗ ਹੈ ਜੀ, ਸਹੀ ਗੱਲ ਹੈ, ਇਹਨੂੰ ਮੈਂ ਲਾ ਹੀ ਦਿੰਦਾ ਜੀ। ਬਹੁਤ ਮਾੜਾ ਹੋਇਆ ਜੀ ਤੁਹਾਡੇ ਨਾਲ। ਭਾਈ ਮੈਂ ਤਾਂ ਹੁਣ ਖੁਸ਼ ਹਾਂ, ਮੈਂ ਤਾਂ ਭੁੱਲੀ ਬੈਠੀ ਹਾਂ ਕਿੰਨੇ ਦਿਨ ਹੋ ਗਏ ਹੁਣ। ਤੁਸੀਂ ਤਾਂ ਭੁੱਲ ਗਏ ਜੀ, ਪਰ ਮੈਂ ਤਾਂ ਨਹੀਂ ਭੁੱਲਿਆ ਨਾ ਜੀ। ਹਾਂ ਲੈ, ਮੈਂ ਤਾਂ ਤੁਹਾਡੇ ਕੋਲ ਪਹਿਲੀ ਵਾਰ ਆਇਆ, ਮੇਰਾ ਤਾਂ ਮੈਂ ਤਾਂ ਤੈਨੂੰ ਜਾਣਦੀ ਨਹੀਂ ਭਾਈ, ਬੁੱਝਦੀ ਨਹੀਂ ਤੂੰ ਕੌਣ ਹੈ ਕੌਣ ਨਹੀਂ। ਸਾਡੇ ਤਾਂ ਮੈਂ ਕਿਹਾ ਪਤਾ ਨਹੀਂ ਕੌਣ ਤੁਰਿਆ ਆਉਂਦਾ, ਸਾਡੇ ਪਰਿਵਾਰ 'ਚ ਤਾਂ ਕੋਈ ਲੰਗੜਾ ਵੀ ਨਹੀਂ ਹੈਗਾ। ਹੈ ਮੈਂ ਕਿਹਾ ਚਲੋ ਕੋਈ ਰਾਹ ਰੂਹ ਪੁੱਛਦਾ ਹੋਣਾ, ਕੋਈ ਪਾਣੀ ਧਾਣੀ ਪੀਂਦਾ ਹੋਣਾ ਵਿਚਾਰਾ, ਕੋਈ ਮੁਸਾਫਰ ਹੋਣਾ। ਮੇਰਾ ਤਾਂ ਫਰਜ਼ ਬਣਦਾ ਜੀ ਦੇਖੋ ਅਫਸੋਸ ਕਰਨ ਦਾ, ਤੇ ਮੈਂ ਤਾਂ ਜੀ ਬੜੀ ਮੁਸ਼ਕਲ ਤੁਹਾਡਾ ਪਿੰਡ ਲੱਭ ਲਭਾ ਕੇ ਨਾ, ਮੈਨੂੰ 2 ਸਾਲ ਹੋ ਗਏ ਲੱਭਦੇ ਨੂੰ ਤੁਹਾਨੂੰ। ਹਾਂ ਮੈਨੂੰ ਇਹ ਪਤਾ ਲੱਗਿਆ ਸੀ ਵੀ ਇੱਥੇ ਸਾਧੇ ਵਾਲੀ ਵਿਆਹੀ ਜ਼ਰੂਰ ਹੈ, ਪਰ ਕਿੱਥੇ ਵਿਆਹੀ ਹੈ
ਮੈਂ ਉਹ ਪਿੰਡ ਪੰਜਾਬ 'ਚ ਦੋ ਤਿੰਨ ਸਾਧੇ ਵਾਲੇ ਸੀ, ਉੱਥੇ ਜਾ ਕੇ ਆਇਆ, ਉੱਥੇ ਨਹੀਂ ਤੁਸੀਂ ਭਾਈ ਮੈਨੂੰ ਮਿਲੇ। ਬੀਬੀ ਬਹੁਤ ਮਾੜਾ ਹੋਇਆ, ਮੈਂ ਕਿਹਾ ਵੀ ਚੱਲ ਮੈਂ ਜਾ ਕੇ ਆਉਣਾ, ਤੇ ਆ ਹੁਣ ਨਾ ਮੈਂ ਹੁਣ ਲੱਭ ਲਵਾ ਕੇ ਪਹੁੰਚਾ ਕਿਤੇ ਘਰ, 20 ਲੋਕਾਂ ਤੋਂ ਪੁੱਛ ਪੁਛਾ ਕੇ ਪਹਿਲਾਂ ਪਿੰਡ ਦਾ ਪਤਾ ਕੀਤਾ, ਫਿਰ ਕਿਤੇ ਜਾ ਕੇ ਆਇਆ ਜੀ। ਹਾਂ, ਤੇ ਬਹੁਤ ਮਾੜਾ ਹੋਇਆ ਜੀ। ਦੇਖੋ ਤੂੰ ਭਾਈ ਹੁਣ ਮੇਰੇ ਸੁੱਤੇ ਹੋਏ ਜ਼ਖਮਾਂ ਤੇ ਕਿਉਂ ਨਮਕ ਸੁੱਟਣ ਆਇਆ ਹੈ? ਹੁਣ ਮੈਂ ਤਾਂ ਠੀਕ ਠਾਕ ਆ, ਵਧੀਆ ਆਪਦੇ ਹੈ, ਤੂੰ ਤਾਂ ਭਾਈ ਭੁੱਲ ਗਈ ਗੁਜ਼ਾਰਾ ਨਾ ਐਵੇਂ ਦੇ, ਭੁੱਲਿਆ ਤਾਂ ਨਹੀਂ ਖਰ ਜਾਂਦਾ ਬੰਦੇ ਨੂੰ, ਆਉਂਦੇ ਭੁੱਲਦਾ ਬੰਦੇ ਤਾਂ ਨੂੰ ਬੰਦਾ ਭੁੱਲਦਾ ਕਿੱਦਾਂ? ਨਹੀਂ ਹੁੰਦਾ ਕੋਈ, ਤੂੰ ਤਾਂ ਭੁੱਲ ਗਈ ਐ ਹੈਂ। ਨਹੀਂ ਮੈਂ ਭੁੱਲੀ ਤਾਂ ਨਹੀਂ ਹੈਗੀ, ਪਰ ਫੇਰ ਵੀ ਆਪਦੇ ਨਿਆਣਿਆਂ ਦੇ ਵਿੱਚ ਚਲੋ ਉਹਦਾ ਸਾਡਾ ਰੁਜ਼ਗਾਰ ਹੋ ਹੀ ਜਾਂਦਾ ਹੈ, ਖਾਂਦੇ ਪੀਨੇ ਆਪਦਾ ਵਧੀਆ, ਆਪਦਾ ਕੋਈ ਰੁਜ਼ਗਾਰ ਕਰਦੇ ਆ ਆਪਦਾ, ਚਲ ਰੋਜ਼ੀ ਰੋਟੀ ਕਮਾ ਕੇ ਖਾ ਲੈਨੇ ਆ, ਠੀਕ ਠਾਕ ਆ ਹੁਣ ਤਾਂ ਅਸੀਂ। ਚੁੱਪ ਕਰ ਭਾਈ, ਰੋ ਨਾ, ਮੈਂ ਤਾਂ ਤੈਨੂੰ ਪਛਾਣਿਆ ਨਹੀਂ, ਤੂੰ ਹੈ ਕੌਣ? ਮੈਨੂੰ ਪਤਾ ਵੀ ਤਾਂ ਲੱਗੇ, ਤੁਸੀਂ ਭਾਈ ਹੁਣ ਕਾਹਨੂੰ ਪਛਾਣਦੇ ਹੋ ਹੈ? ਕਿੰਨੇ ਸਾਲ ਹੋ ਗਏ ਆਪਾਂ ਇਕੱਠੇ ਬੈਠ ਕੇ ਇੱਕ ਹੋਟਲ ਦੇ ਵਿੱਚ ਸਮੋਸੇ ਖਾਧੇ ਹੋਏ ਐ। ਹਾਂ, ਮੈਂ ਤੁਹਾਡਾ ਰਿਸ਼ਤਾ ਦੇਖਣ ਆਇਆ ਸੀ, ਮੰਗੇਤਰਾਂ ਤੁਹਾਡਾ। ਲੈ, ਰਿਸ਼ਤਾ ਵੇਖਣ ਆਇਆ ਸੀ ਹੈ? ਮੈਂ ਮੇਰੇ ਪਿਓ ਨੇ ਤਾਂ ਚੱਲ ਬਥੇਰੇ ਰਿਸ਼ਤੇ ਵੇਖੇ ਹੋਣੇ ਹੈ, ਤੇ ਨਾਲੇ ਮੈਂ ਤੇਰੇ ਨਾਲ ਕਦੋਂ ਸਮੋਸੇ ਖਾ ਲਏ ਹੋਟਲ 'ਚ ਬਹਿ ਕੇ ਹੈ? ਬਣਾਈ ਜਾਂਦੇ ਐਵੇਂ ਗੱਲਾਂ, ਤੇ ਨਾਲੇ ਭਾਈ ਤੂੰ ਤਾਂ ਲੰਗੜਾ ਹੈ, ਮੇਰੇ ਪਿਓ ਤਾਂ ਐਵੇਂ ਲੰਗੜੇ ਮੁੰਡੇ ਨਾਲ ਕਿਸੇ ਨਾਲ ਮੇਰਾ ਰਿਸ਼ਤਾ ਨਹੀਂ ਕਰਦਾ ਉਹ ਸੀਗਾ। ਲੈਣਾ ਦੇਣਾ ਤਾਂ ਆਪਣਾ ਨਹੀਂ ਹੋਇਆ ਸੀ, ਪਰ ਦੇਖਾ ਦਿਖਾਈ ਹੋਈ ਸੀ ਹੈ। ਤੁਸੀਂ ਭੁੱਲ ਗਏ ਦੇਖਾ ਆਪਾਂ ਦਿਖਾਈ ਮੇਰਾ ਪਿਓ ਦੇਖ ਕੇ ਆਇਆ ਹੋਣਾ ਭਾਈ ਹੈ? ਲੰਗੜਾ, ਉਦੋਂ ਮੈਂ ਲੰਗੜਾ ਨਹੀਂ ਸੀ ਜੀ, ਉਦੋਂ ਤਾਂ ਮੈਂ ਸਹੀ ਸੀ। ਹਾਂ, ਉਦੋਂ ਮੈਂ ਸਹੀ ਸੀ। ਹਾਂ, ਨਾ ਤਾਂ ਫਿਰ ਇਹ ਲੱਤ ਤੇਰੀ ਨੂੰ ਆਈ, ਕੀ ਹੋ ਉਹ ਗਿਆ ਫਿਰ? ਲੱਤ ਤਾਂ ਭਾਈ ਇਸ ਤਰ੍ਹਾਂ, ਮੈਂ ਨਾ ਕਿਸੇ ਦੇ ਘਰੇ ਵੜ ਗਿਆ ਸੀ ਰਾਤ ਨੂੰ, ਤੇ ਉਹਦੇ ਘਰ ਕਰਦਾ ਵਾਲਾ ਤਾਂ ਉੱਠ ਤੂੰ ਪਿਆ। ਡਾਂਗਾ ਖਾਣ ਵਾਲੇ ਹਾਂ, ਕੰਮ ਹੀ ਆ। ਉਹਦੇ ਘਰ ਵਾਲਾ ਉੱਠ ਪਿਆ ਜੀ, ਤੇ ਉਹਨੇ ਫਿਰ ਮੈਂ ਕੰਧ ਤੇ ਚੜਨ ਲੱਗਾ, ਉਹਨੇ ਪਤੰਤਰ ਨੇ ਪਿੱਛੋਂ ਹੀ ਖਿੱਚ ਲਿਆ, ਤੇ ਫਿਰ ਮੇਰੀ ਲੱਤ ਤੋੜਤੀ। ਅੱਛਾ, ਹੈ ਗਿਆ ਤਾਂ ਤੂੰ ਲੱਤਾਂ ਤੜਵਾਉਣ ਵਾਲਾ ਹੀ ਆ ਬੰਦਾ। ਉਹ ਫਿਰ ਤੁਸੀਂ ਸੱਚੇ ਹੋ ਵੀ ਲੰਗੜਾ ਨਹੀਂ ਸੀ ਉਦੋਂ ਮੈਂ, ਉਦੋਂ ਮੈਂ ਠੀਕ ਠਾਕ ਸੀ ਤੇ ਵਧੀਆ ਜਵਾਨ ਸੀ, ਤੇ ਹੁਣ ਕਈ ਸਾਲ ਹੋ ਗਏ ਜੀ, ਹੁਣ ਆਪਦਾ ਜੀ ਛੜੇ ਹੈਗੇ ਆ, ਵਿਆਹ ਫਿਰ ਮੇਰਾ ਹੋਇਆ ਹੀ ਨਹੀਂ ਸੀ ਜੀ, ਮੈਂ ਤੁਹਾਡੇ ਨਾਲ ਹੀ ਹੋਣਾ ਸੀ ਜੀ ਵਿਆਹ, ਤੇ ਉਦੋਂ ਬਾਅਦ ਫਿਰ ਮੇਰਾ ਵਿਆਹ ਹੋਇਆ ਹੀ ਨਹੀਂ ਜੀ, ਤੇ ਮੈਂ ਤਾਂ ਜੀ ਬੜੀ ਮੁਸ਼ਕਲ ਤੁਹਾਡਾ ਘਰ ਨਾ ਤੇ ਲੱਭ ਫਿਰ ਤੂੰ ਲਵਾ ਇੱਥੇ ਕੇ। ਕੀ ਲੈਣ ਆਇਆ ਹੁਣ ਸਾਡੇ ਘਰੇ? ਉਹ ਤਾਂ ਕੋਈ ਪੁਰਾਣੀ ਗੱਲ ਹੈ, ਕੋਈ ਮੁੱਦਤਾਂ ਪੁਰਾਣੀ ਗੱਲ, ਉਹਨੂੰ ਤੂੰ ਲੈ ਕੇ ਹੁਣ ਆ ਗਿਆ ਹੈ? ਮੈਨੂੰ ਜੀ ਇਸ ਤਰ੍ਹਾਂ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡੇ ਘਰ ਵਾਲਾ ਮਰ ਗਿਆ, ਆਹੋ ਫਿਰ ਮੈਂ ਬਹੁਤ ਪਿੰਡ ਲੱਭ ਲਵਾ ਕੇ, ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਵਿਆਹੀ ਤਾਂ ਹੈਗੀ ਹੈ ਸਾਧੇ ਵਾਲੇ, ਤੇ ਕਿਹੜੇ ਸਾਧੇ ਵਾਲੇ ਆ, ਕਈ ਸਾਧੇ ਵਾਲੇ, ਕਈ ਸਾਧੇ ਵਾਲੇ ਮੈਂ ਜਾ ਜੂ ਕੇ ਹੁਣ ਆਹ ਲੱਭ ਕੇ ਆਇਆ ਜੀ, ਬਸ ਜੀ ਮੈਂ ਫਿਰ ਤੁਹਾਡੇ ਕੋਲ ਫੇਰ ਆਇਆ। ਨਾ ਤੇ ਫੇਰ ਤੂੰ ਹੁਣ ਇੱਥੇ ਕੀ ਲੈਣ ਆਇਆ ਸਾਡੇ ਘਰੇ ਭਾਈ? ਮੈਂ ਜੀ ਫਿਰ ਆਇਆ ਜੀ, ਗੁੱਸਾ ਨਾ ਮੰਨਿਓ, ਮੈਂ ਥੋੜਾ ਜਿਹਾ ਆਇਆ ਸੀ ਵੀ ਮੈਂ ਛੜਾ ਹੀ ਰਹਿ ਗਿਆ ਸੀ ਜੀ, ਫਿਰ ਮੇਰਾ ਵਿਆਹ ਤਾਂ ਹੋਇਆ ਨਹੀਂ ਸੀ ਤੇ ਭਾਈ ਮੇਰਾ ਵਿਆਹ ਤਾਂ ਹੋ ਗਿਆ ਸੀ, ਮੇਰੇ ਤਾਂ ਜਵਾਕ ਜੱਲੇ ਹੈਗੇ ਤੁਹਾਡਾ ਐ, ਵਿਆਹ ਹੋ ਗਿਆ ਸੀ ਇਸੇ ਕਰਕੇ ਆਇਆ ਜੀ, ਫਿਰ ਮੈਂ ਮੇਰੇ ਨਿਆਣੇ ਤਾਂ ਹੁਣ ਸਕੂਲ ਗਏ ਹੋਏ ਆ ਸਾਰੇ, ਵਿਆਹ ਤੁਹਾਡਾ ਹੋ ਗਿਆ ਸੀ ਜੀ, ਫਿਰ ਤੁਹਾਡੇ ਘਰ ਵਾਲਾ ਜਦੋਂ ਮਰ ਗਿਆ ਨਾ ਉਦੋਂ ਫਿਰ ਮੈਂ ਵੀ ਥੋੜਾ ਜਿਹਾ ਐ ਸੋਚਿਆ ਵੀ ਯਾਰ ਤੂੰ ਉਹਨੂੰ ਲੱਭ, ਤੇ ਫਿਰ ਤੂੰ ਮੇਰੇ ਤੋਂ ਕੀ ਪੰਮੀ ਹੈ ਮੇਰੇ? ਤੁਹਾਡਾ ਨਾ? ਆਹੋ ਹਾਂ ਪੰਮੀ ਹੈ ਮੇਰਾ ਨਾ, ਮੈਂ ਕਿਹਾ ਵੀ ਪੰਮੀ ਨੂੰ ਲੱਭ, ਹੋ ਸਕਦਾ ਆਪਣੇ ਨਾਲ ਉਹ ਵਿਆਹ ਕਰਵਾ ਲੇ, ਤੇ ਮੈਂ ਫਿਰ ਇਸੇ ਕਰਕੇ ਆਇਆ ਜੀ ਵੀ ਤੁਸੀਂ ਨਾ ਮੇਰੇ ਨਾਲ ਵਿਆਹ ਕਰਾ ਲਓ। ਮੈਨੂੰ ਸ਼ੱਕ ਤਾਂ ਹੀ ਲੱਗਦਾ ਭਾਈ, ਪਹਿਲਾਂ ਤਾਂ ਤੂੰ ਇੱਕ ਲੱਤ ਤੜਵਾਈ ਹੈ ਹਨਾ, ਤੇ ਹੁਣ ਮੈਨੂੰ ਲੱਗਦਾ ਮੈਥੋਂ ਦੂਜੀ ਵੀ ਤੜਵਾਏਗਾ ਹੈ? ਨਹੀਂ ਜੀ, ਮੈਂ ਤਾਂ ਬੜੀ ਆਸ ਲੈ ਕੇ, ਬੜੀ ਆਸ ਲੈ ਕੇ ਆਏ ਤੂੰ ਮੈਥੋਂ, ਹੁਣ ਨਾ ਸ਼ਤਰੋਲ ਖਾ ਲਈ ਤੂੰ ਟੂਏ ਦੇ ਵਿੱਚ
ਨਹੀਂ ਐ ਗਲਤ ਕਿਉਂ ਬੋਲਦੇ ਜੀ, ਗਲਤ ਘਰੇ ਕਿਉਂ ਆ ਬੰਦਾ ਬੋਲਦੇ ਮਹਿਮਾਨ ਹੋ, ਹੁੰਦਾ ਹੈ ਮਹਿਮਾਨ ਹੁੰਦਾ ਹੈ ਹੈ ਤਾਂ ਤੂੰ ਗੱਲਾਂ ਪੁੱਠੀਆਂ ਸਿੱਧੀਆਂ ਕਰਦਾ ਹੈ, ਇਹ ਹੁਣ ਕੋਈ ਮੇਰੀ ਉਮਰ ਇੱਥੇ ਤੇਰੇ ਨਾਲ ਵਿਆਹ ਕਰਾਉਣ ਵਾਲੀ? ਉਹ ਇਸ ਹੈਂ ਤਰ੍ਹਾਂ ਜੀ, ਮੈਂ ਬੜੀ ਆਸ ਲੈ ਕੇ ਆਸ ਆਇਆ, ਲੈ ਦੇਖੋ ਕੇ ਮੈਂ ਵੀ ਆਇਆ ਛੜਾ ਰਹਿ ਗਿਆ ਤੇ ਤੁਹਾਡਾ ਵੀ ਬੰਦਾ ਮਰਿਆ ਹੋਇਆ, ਬੱਚੇ ਰਾਜ ਕਰਨਗੇ ਨਾ, ਮੇਰੇ ਤੂੰ ਨਾਲ ਤਾਂ ਐਨ ਖਵਾ ਦੇਗਾ ਰੋਟੀਆਂ, ਤੁਸੀਂ ਰਾਜ ਮੇਰੇ ਨਾਲ ਕਰਨਗੇ ਹੈਂ? ਵਿਆਹ ਕਰਵਾਓ, ਇੱਕ ਵਾਰੀ ਦੇਖੋ ਤਾਂ ਸਹੀ। ਹਾਂ ਦੇਖੋ ਤਾਂ ਸਹੀ, ਮੇਰਾ ਪਿਓ ਤਾਂ ਤੇਰੇ ਡਾਂਗਾ ਮਾਰ ਮਾਰ ਕੇ ਟੂਆ ਤੋੜ ਦੂਗਾ ਤੇਰੇ, ਜੇ ਉਹਨੂੰ ਮੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ। ਠੀਕ ਹੈ ਨਾ, ਉਹ ਇਸ ਤਰ੍ਹਾਂ ਜੀ ਵਿੱਚੋਂ ਭਾਨੀ ਮਾਰਤੀ ਸੀ ਤੇਰੇ, ਭਾਨੀ ਤੇਰੇ ਮਾਰਤੀ ਸੀ, ਵਿਆਹ ਆਪਣਾ ਉਦੋਂ ਵੀ ਹੋ ਜਾਣਾ ਸੀ, ਤੇਰੇ ਪਿਓ ਨੂੰ ਕਿਸੇ ਨੇ ਆ ਕੇ ਕਹਿੰਦਾ ਵੀ ਮੁੰਡਾ ਨਸ਼ਾ ਕਰਦਾ ਹੈ, ਨਸ਼ਾ ਕਰਦਾ ਹੈ। ਨਸ਼ਾ ਤਾਂ ਜੀ ਉਦੋਂ ਮੈਂ ਮਾੜਾ ਮੋਟਾ ਹੀ ਕਰਦਾ ਹੁੰਦਾ ਸੀ, ਨਸ਼ਾ ਕਰਦਾ ਸੀ। ਹਾਂ ਤੇਰੇ ਲੱਛਣ ਤਾਂ ਹੁਣ ਵੀ ਉਹੀ ਨਸ਼ੇ ਵਾਲੇ ਹੀ ਹੈ ਕਾਨੂੰ ਜੀ, ਹੁਣ ਤਾਂ ਮੈਂ ਬਸ ਕਾਨੂੰ ਜੀ ਉਹ ਹੋ ਗਿਆ ਜੀ, ਬਸ ਫਿਕਰਾਂ 'ਚ ਕੋਈ ਵਿਆਹ ਤੂੰ ਨਹੀਂ ਹੋਇਆ ਭਾਈ ਜਦੋਂ। ਮੇਰੇ ਇੱਥੇ ਜੇ ਸਹੁਰਿਆਂ ਨੂੰ ਪਤਾ ਲੱਗ ਗਿਆ ਨਾ ਤਾਂ ਤੇਰੇ ਇੱਥੇ ਤਨੇ ਅਸਰੀ ਦੇ ਦੇਣਗੇ ਤੈਨੂੰ ਹੁਣੇ ਡਾਂਗਾ ਮਾਰ ਕੇ। ਐ ਨਾ ਕਰੋ ਜੀ, ਐ ਨਾ ਕਰ, ਮੈਂ ਤੁਹਾਡੇ ਮੇਰਾ ਸੱਸ ਹੱਥ ਹੈਗਾ, ਬੰਨ ਸਹੁਰਾ ਹੋ ਗਿਆ, ਮੇਰੇ ਘਰ ਵਾਲਾ ਹੀ ਨਹੀਂ ਹੈਗਾ ਤਾਂ ਕੀ ਹੈਗਾ, ਜਵਾਕ ਜੱਲੇ ਦੇਵਰ ਜੇਠ ਸਾਰੇ ਐ ਮੇਰੇ ਤਾਂ, ਤੁਹਾਡੇ ਅੱਗੇ ਹੱਥ ਬੰਨਦਾ ਦੇਖ, ਹੱਥ ਬੰਨਦਾ, ਆਸ ਲੈ ਕੇ ਆਇਆ, ਆਸ ਲੈ ਕੇ ਤੂੰ ਵਿਆਹ ਇੱਥੋਂ ਹੁਣੇ ਤੂੰ ਬਾਪਰਾ ਨਾ ਖਾ ਲਈ, ਮੈਂ ਤੈਨੂੰ ਦੱਸਾਂ ਤੁਹਾਡੀ ਵੀ ਜ਼ਿੰਦਗੀ ਸੁਧਰ ਜੂਗੀ, ਜ਼ਿੰਦਗੀ ਮੇਰੀ ਸੁਧਰ, ਜਿੰਦਗੀ ਸੁਧਰ, ਮੇਰੀ ਤਾਂ ਭਾਈ ਸੁਧਰੀ ਹੋਈ ਹੈ, ਸਰਕਾਰ ਨੇ ਬਥੇਰੀਆਂ ਫੈਸਿਲਿਟੀਆਂ ਦੇ ਰੱਖੀਆਂ ਸਾਨੂੰ ਤਾਂ, ਨਾਲੇ ਜਵਾਕਾਂ ਲਈ ਸੁਧਰ ਜੂ, ਇਹ ਗਰੀਬ ਖਾਨੇ ਚ ਐਵੇਂ ਆ ਕੇ ਪਈ ਐ ਤੂੰ, ਮੇਰੇ ਘਰੇ ਰਾਜ ਕਰੇ ਨਾ, ਤੇਰੇ ਤਾਂ ਕੋਠੀ ਪਾਈ ਹੋਈ ਹੈ ਹਨਾ, ਨਾ ਮੂੰਹ ਚੱਕ ਕੇ ਤੂੰ ਆ ਗਿਆ ਇੱਥੇ, ਤੈਨੂੰ ਸ਼ਰਮ ਨਹੀਂ ਆਉਂਦੀ ਗੀ ਹੈ? ਮੇਰੇ ਨਾਲ ਵਿਆਹ ਕਰਾ ਲੈ ਦੱਸ ਹੈ, ਤੂੰ ਮੈਥੋਂ ਖੌਂਸਲੇ ਨਾ ਖਾ ਲਈ। ਉਹ ਕਾਨੂੰ ਜੀ ਆਸ ਲੈ ਕੇ ਆਇਆ, ਆਸ ਲੈ ਕੇ ਆਇਆ, ਪਹਿਲਾਂ ਤਾਂ ਮੈਨੂੰ ਤੂੰ ਐਂ ਦੱਸ ਵੀ ਤੂੰ ਕੰਮ ਕੀ ਕਰਦਾ ਹੈ? ਕੰਮ? ਆਹੋ ਕੰਮ ਆਪਣਾ ਸ਼ਾਹੀ ਕੰਮ ਹੈ ਜੀ। ਸ਼ਾਹੀ ਕੰਮ? ਹਾਂ ਹਾਂ ਸ਼ਾਹੀ ਕੰਮ ਵਾਲਾ ਮੈਨੂੰ ਲੱਗਦਾ ਤਾਂ ਨਹੀਂ, ਤੂੰ ਬੰਦਾ ਕਿਧਰੋਂ? ਉਹ ਕਾਨੂੰ ਇਹ ਤਾਂ ਫਿਰ ਲੋਕਾਂ ਨੂੰ ਦਿਖਾ ਕੇ ਰੱਖੀਦਾ ਵੀ ਅਸੀਂ ਐਂ ਹਾਂ, ਗਰੀਬ ਦੇ ਗਰੀਬ ਹੀ ਹਾਂ, ਹਾਂ ਕੱਪੜੇ ਵੀ ਇਹੋ ਜਿਹੇ ਜਾਣ ਕੇ ਪਾ ਕੇ ਰੱਖੀਦੇ ਆ ਜੀ। ਹਾਂ ਨਾ ਸ਼ਾਹੀ ਕੰਮ ਤੇਰਾ ਕੀ ਹੈ, ਮੈਨੂੰ ਵੀ ਤਾਂ ਦੱਸ ਦੇ ਕਰਾ, ਮੈਂ ਵੀ ਵੇਖਾਂ ਜੇ ਸ਼ਾਹੀ ਕੰਮ ਤੂੰ ਕਰਦਾ ਹੁੰਦਾ ਤਾਂ ਅੱਜ ਤੱਕ ਛੜਾ ਕਿਉਂ ਫਿਰਦਾ ਹੁੰਦਾ। ਮੈਂ ਜੀ ਛੜਾ ਤਾਂ ਜੀ ਹੁਣ ਲੋਕ ਥੋੜੇ ਜਿਹੇ ਕੰਮ ਹੀ ਇਹੋ ਜਿਹਾ ਜੀ, ਲੋਕਾਂ ਨੂੰ ਥੋੜਾ ਜਿਹਾ ਬੁਰਾ ਲੱਗਦਾ ਤਾਂ ਛੜਾ ਰਹਿ ਗਿਆ ਮੈਂ, ਤੇ ਕੰਮ ਆਪਣਾ ਸ਼ਾਹੀ ਹੈ ਜੀ। ਮੈਂ ਚੋਰੀ ਕਰਦਾ ਜੀ, ਦੇਖਣੀ ਮੈਂ ਮਰ ਜਾ, ਚੋਰੀ ਕਰਦਾ ਤੇ ਮੇਰੇ ਕੋਲੇ ਆਸ ਲੈ ਕੇ ਆਇਆ ਵਿਆਹ ਦੀ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਮੈਥੋਂ ਹੁਣ ਨਾ ਤੂੰ ਡਾਂਗਾ ਖਾ ਲਈ ਕਿਧਰੇ ਹੈ? ਓਹੋ ਰਾਜ ਕਰੋਗੇ ਤੁਸੀਂ? ਰਾਜ ਕਰੇਗੀ, ਚੋਰੀ ਕਰਨ ਵਾਲੇ ਨਾਲ ਮੈਂ ਵਿਆਹ ਕਰਾਵਾਂ? ਪਤਾ ਕਿ ਕਿਹੋ ਜਿਹੇ ਮੇਰੇ ਕੋਲ ਸਮਾਨ ਪਏ ਆ, ਸਮਾਨ ਕੀ ਸਮਾਨ ਹੈ ਤੇਰੇ ਕੋਲੇ? ਮੈਂ ਤਾਂ ਹੁਣ ਵੀ ਤੇਰੇ ਆ ਸੂਟ ਲੈ ਕੇ ਆਇਆ ਬਰੀ ਦੇ ਤੇਰੇ ਵਾਸਤੇ ਆ ਝੋਲੇ ਚ। ਦੱਸ ਅਕੇ ਸੱਦੀ ਨਾ ਬੁਲਾਈ ਤੇ ਕਮਾਈ ਲਾੜੇ ਦੇ ਤਾਈ, ਚੋਰੀ ਕੀਤੇ ਹੋਏ ਮਹਿੰਗੇ ਮਹਿੰਗੇ ਸੂਟ ਹੈ ਹਾਂ ਵਰੀ ਦੇ, ਨਾਲ ਹੀ ਲਈ ਫਿਰਦਾ ਦੋ ਸੂਟ, ਤੇ ਤੁਸੀਂ ਐ ਨਾ ਕਰੋ, ਹਾਂ ਕਰੋ। ਇਹ ਤਾਂ ਭਾਈ ਮੇਰੇ ਤੇ ਆਹ ਚਸ਼ਮੇ, ਇਹ ਚਸ਼ਮੇ ਤੂੰ ਕਿੱਥੋਂ ਲੈ ਕੇ ਆਇਆ ਤੂੰ? ਹਾਏ ਮਹਿੰਗੇ ਚਸ਼ਮੇ, ਆਹੋ ਇੰਨੇ ਮਹਿੰਗੇ, ਇਹ ਵੀ ਮੈਂ ਚੋਰੀ ਕੀਤੇ, ਇੱਕ ਕੱਪੜੇ ਵੀ ਤੂੰ ਚੋਰੀ ਕਰੀ ਫਿਰਦਾ, ਬੈਗ ਚੋਂ ਨਿਕਲੇ ਸੀ ਬੜੇ ਮਹਿੰਗੇ ਚਸ਼ਮੇ ਇਹ। ਅੱਛਾ ਹਾਂ ਇਹ ਚੋਰੀ ਤੂੰ ਕਿੱਥੋਂ ਕਰ ਲੈ? ਚਸ਼ਮੇ ਉਹ ਬੈਗ ਚੋਂ ਨਿਕਲੇ ਜਿਹੜਾ ਚੋਰੀ ਕਰਕੇ ਲਿਆ ਸੀ ਘਰੇ। ਹਾਂ ਹਾਏ ਮੈਂ ਹੋਰ ਵੀ ਕਈ ਕਈ ਚੀਜ਼ਾਂ ਤੇਰੇ ਕੋਲ ਤਗੜੀ ਤਗੜੀਆਂ ਕੰਪਨੀ ਦੀਆਂ ਪਈਆਂ ਘਰੇ ਪਈਆਂ, ਉਹਨੂੰ ਵਰਤਣ ਵਾਲਾ ਹੈ ਨਹੀਂ, ਕੀ ਕਰਾਂ ਭਾਈ, ਵਰਤਣ ਵਾਲੀ ਹੁਣ ਜਨਾਨੀ ਨਹੀਂ ਹੈ, ਜੇ ਵਰਤਣ ਵਾਲੀ ਮਿਲ ਜੇ ਤੁਸੀਂ ਉਹ ਕੱਪੜਿਆਂ ਨੂੰ ਪਾਓ, ਉਹ ਸਾੜੀਆਂ ਪਈਆਂ ਐਡੀਆਂ ਐਡੀਆਂ ਵਧੀਆ ਮਹਿੰਗੇ ਲਹਿੰਗੇ ਪਏ ਤੇ ਤੂੰ ਹੋਰ ਕਿਸੇ ਨਾਲ ਵਿਆਹ ਕਰਾ ਲੈ, ਤੈਨੂੰ ਮੈਂ ਹੀ ਮਿਲੀ ਆ ਵਿਆਹ ਵਾਲੀ ਹੈ, ਤੇਰੇ ਨਾਲ ਤਾਂ ਜੇ ਤੂੰ ਇੰਨਾ ਹੀ ਤੂੰ ਕਹਿੰਦਾ ਮੇਰੇ ਤਗੜੇ ਕੰਮ ਹੈਗੇ ਆ, ਇਹਦੇ ਲਹਿੰਗੇ ਮੇਰੇ ਕੋਲ ਪਏ ਐ, ਚੋਰੀਆਂ ਕੀਤੀਆਂ, ਇੱਕ ਦੁਕਾਨ ਤੋੜੀ ਸੀ ਅਸੀਂ ਰਾਤ ਨੂੰ, ਹਾਂ ਦੁਕਾਨ ਤੋੜੀ ਸੀ ਉਹਨੇ, ਤੇਰਾ ਧੂਆ ਨਹੀਂ ਤੋੜਿਆ ਫਿਰ ਹੈ? ਕੱਪੜੇ ਵਾਲੀ ਹੈ, ਕੱਪੜੇ ਵਾਲੀ, ਮੈਂ ਤਾਂ ਕਹਿੰਦਾ ਤੁਸੀਂ ਪਾਓ ਸਾੜੀਆਂ, ਬਹੁਤ ਸੋਹਣੀਆਂ ਲੱਗਣਗੀਆਂ ਤੁਹਾਡੇ, ਲਹਿੰਗੇ ਬਹੁਤ ਸੋਹਣੇ ਲੱਗਣਗੇ। ਤੂੰ ਇੱਥੋਂ ਹੁਣ ਨਾ ਖਾ ਲਈ, ਤੂੰ ਵਗ ਜਾ ਇੱਥੋਂ, ਮੈਂ ਤੈਨੂੰ ਕਹਿਤਾ
ਮੈਂ ਚੱਲ ਕਿਹਾ ਵੀ ਕੋਈ ਗੱਲ ਨੀ, ਕੋਈ ਵਿਚਾਰਾ ਮੁਸਾਫਰ ਹੈ, ਕੋਈ ਪਾਣੀ ਪਾਣੀ ਪੀਂਦਾ ਹੋਣਾ, ਕੋਈ ਰਾਹ ਪੁੱਛਦਾ ਹੋਣਾ। ਨਹੀਂ ਮੈਂ ਤਾਂ ਬਹੁਤ 2 ਸਾਲਾਂ ਮੈਂ ਤੋਂ ਲੱਭਦਾ ਲੱਭਦਾ 2 ਸਾਲਾਂ ਤੋਂ ਲੱਭਦਾ ਲਭਾਉਂਦਾ ਆਇਆ ਤੇ ਨਾ ਨੀ ਕਰੀ ਦੀ ਹੁੰਦੀ। ਕਈ ਬੰਦਾ ਆਸ ਲੈ ਕੇ ਕੋਈ ਦੂਜੀ ਨਹੀਂ ਕਰਾਉਂਦੀ ਵਿਆਹ, ਕੋਈ ਤਾਂ ਦੂਜੀ ਨਾਲ ਕਿਸੇ ਨਾਲ ਕਰਾ ਲੈ। ਤੂੰ ਮੇਰਾ ਇੱਥੇ ਦੇਵਰ ਜੇਠ ਨਿਕਲਿਆ ਨਾ, ਤਾਂ ਤੈਨੂੰ ਹੁਣ ਪੁੱਛ ਲੂਗਾ ਤੈਨੂੰ ਵੀ ਇਹ ਕੌਣ ਹੈ। ਕੀ ਹੈ ਮੈਂ ਤਾਂ ਨਾ ਰੱਬ ਦਾ ਕੀ ਹੈ, ਮੇਰੀ ਮੰਗੇਤਰ, ਮੇਰੀ ਪਹਿਲੀ ਮੰਗੇਤਰ ਸੀਗੀ, ਤੁਸੀਂ ਮੇਰੇ ਸੁਪਨੇ 'ਚ ਵੀ ਤੁਸੀਂ ਆਉਂਦੇ ਹੋ ਨਾ। ਮੰਗੇਤਰ ਨੂੰ ਮੈਂ, ਮੇਰਾ ਪਿਓ ਤੈਨੂੰ ਇੱਥੇ ਸ਼ਗਨ ਪਾ ਕੇ ਆਇਆ ਸੀ। ਚਲੋ ਦੇਖਾ ਦਿਖਾਈ ਤਾਂ ਹੋਈ ਸੀ ਨਾ, ਤੇ ਅਜ ਦੇਖਣ ਨੂੰ ਤਾਂ ਭਾਈ ਜਿਨ੍ਹਾਂ ਦੇ ਘਰੇ ਧੀਆਂ ਪੁੱਤ ਹੋਣ ਵੇਖਦਾ ਹੀ ਹੈ ਬੰਦਾ, ਕੋਈ 100 ਰਿਸ਼ਤੇ ਵੇਖਦਾ, ਉਹ ਕੀ ਉੱਥੇ ਫਿਰ ਅਗਲਾ ਮੰਗਣੀ ਕਰੇ ਹੁੰਦਾ ਹੈ। ਤੈਨੂੰ ਵੇਖ ਲਿਆ ਹੋਣਾ, ਕਿਸੇ ਨੇ ਦੱਸਤਾ ਹੋਣਾ ਹੈ। ਪਤਾ ਕੀ ਹੈ, ਮੇਰੇ ਸੁਪਨਿਆਂ 'ਚ ਵੀ ਤੁਸੀਂ ਦਿਸਦੇ ਹੋ। ਸੁਪਨਿਆਂ 'ਚ ਵੀ ਮੈਂ ਤਾਂ ਤੈਨੂੰ ਭਾਈ ਭੁੱਲੀ ਬੈਠੀ ਆ, ਮੈਨੂੰ ਜਾਣ ਨਹੀਂ ਕੋਈ ਮੇਰਾ ਇਹ ਆਖਰੀ ਸੁਪਨਾ ਹੈ, ਤੁਸੀਂ ਮੇਰੇ ਨਾਲ ਵਿਆਹ ਕਰਾਓ। ਸਹੀ ਹੈ, ਮੈਂ ਤੁਹਾਡੇ ਅੱਗੇ ਹੱਥ ਬੰਨਦਾ ਤੇ ਐ ਨਾ ਕਰੋ। ਤੂੰ ਭਾਈ ਇੱਥੋਂ ਜਾ, ਮੇਰਾ ਸਹੁਰਾ ਆ ਗਿਆ ਨਾ, ਤੇਰੇ ਡਾਂਗਾ ਠੋਕੂ ਟੂਏ ਦੇ ਵਿੱਚ, ਮੈਂ ਤੈਨੂੰ ਦੱਸਾਂ। ਨਹੀਂ ਚੱਲ, ਉਹ ਤਾਂ ਕੋਈ ਗੱਲ ਨਹੀਂ, ਤਾਂ ਲੱਤ ਦਾ ਤੜਾਈ ਫਿਰਦਾ, ਫਿਰ ਤੂੰ ਹੀ ਹੋਰ ਤੜਾ ਕੇ ਬਹਿ ਜਾਏਗਾ, ਇੱਕ ਅੱਧੀ ਡਾਂਗ ਹੋਰ ਮਾਰ ਦੇਣਗੇ। ਪਰ ਮੈਂ ਤਾਂ ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਵੀ ਕਹਿ ਦੂੰਗਾ, ਭਾਈ ਮੈਂ ਦੇਖੋ ਤੋ ਮੈਂ ਤੁਹਾਡੇ ਵਾਸਤੇ ਆਇਆ ਵੀ, ਦੇਖੋ ਤੇਰਾ ਵੀ ਘਰ ਵਸ ਜੂਗਾ ਤੇ ਮੇਰਾ ਹੀ ਵਸ। ਨਾ ਮੇਰਾ ਤਾਂ ਵਸਿਆ ਹੋਇਆ, ਮੇਰਾ ਤਾਂ ਇੱਕ ਨਿਆਣਾ ਆ ਫਿਰਦਾ ਹੈਗਾ ਹੈ, ਇਹ ਸਕੂਲ ਨਹੀਂ ਗਿਆ ਅੱਜ ਹੈ, ਦੂਜੇ ਸਕੂਲ ਗਏ ਹੋਏ ਆ। ਕਿੰਨੇ ਨਿਆਣੇ ਆ ਜੀ? ਨਿਆਣੇ ਮੇਰੇ 5 ਹੈ। ਜਿੰਦਗੀ ਸੁਧਰ, ਮੇਰੀ ਤਾਂ ਭਾਈ ਸੁਧਰੀ ਹੋਈ ਹੈ, ਸਾਨੂੰ ਤਾਂ ਸਰਕਾਰ ਨੇ ਦੇ ਰੱਖੀ ਹੈ ਫੈਸਿਲਿਟੀਆਂ, ਦਿੰਦੀ ਹੈ ਮੇਰੇ ਨਿਆਣਿਆਂ ਨੂੰ ਵੀ ਮਿਲਦਾ ਹੈਗਾ, ਰੋਟੀ ਪਾਣੀ ਆਪਦੇ ਸਕੂਲ 'ਚ ਮਿਲਦਾ, ਖਾਣਾ ਪੀਣਾ ਖਾ ਜਾਂਦੇ ਆ, ਸ਼ਾਮ ਨੂੰ ਮੈਂ ਤਾਂ ਬਣਾਉਣੀ ਆਪਦਾ ਨਿਆਣਿਆਂ ਦਾ ਖਾਣਾ ਪੀਣਾ। ਬਾਲਾ ਦਿਲ ਤੋੜਤਾ ਤੁਸੀਂ, ਬਾਲਾ ਦਿਲ ਤੋੜਤਾ, ਤੂੰ ਵਗ ਜਾ ਇੱਥੋਂ, ਮੈਂ ਤੈਨੂੰ ਕਹੇ ਤਾਂ ਤੂੰ ਮੈਥੋਂ ਹੁਣ ਨਾ ਬੋਕਰਾ ਖਾ ਲਈ। ਮੇਰਾ ਜੀ ਜਾਣ ਨੂੰ ਨਹੀਂ ਕਰਦਾ, ਕਸਮ ਲੱਗੇ ਮੈਂ ਤੇਰਾ ਜਾਣ ਨੂੰ ਕਿਵੇਂ ਨਹੀਂ ਜੀ ਕਰਦਾ, ਆਹੀ ਬੋਕਰ ਮੈਂ ਤੇਰੇ ਢੂਏ ਦੇ ਵਿੱਚ ਠੋਕੀ ਨਾ। ਪਤਾ ਕੀ, ਦਿਲ ਨਹੀਂ ਤੋੜਦੇ ਹੁੰਦੇ, ਦਿਲ ਨਹੀਂ ਤੋੜਦੇ ਹੁੰਦੇ, ਆ ਮੈਨੂੰ ਲੱਗਦਾ ਇੱਕ ਲੱਤ ਤਾਂ ਤੜਵਾਈ ਫਿਰਦਾ, ਦੂਜੀ ਮੈਥੋਂ ਹੋਰ ਤੜਵਾਏਗਾ ਤੂੰ, ਹੈਨਾ। ਐ ਨਾ ਕਰੋ, ਐ ਨਾ ਕਰੋ, ਠੋਕਦੀਆਂ ਨਾ ਮੈਂ 2-4 ਡਾਂਗਾ ਤੇਰੇ ਹੁਣੇ ਵੱਖਲਾਂ ਦੇ ਵਿੱਚ, ਫਿਰ ਐ ਕਰੋ ਭੰਨ ਦੂੰਗੀ ਤੇਰੇ ਮੈਂ। ਫਿਰ ਇੱਕ ਗੱਲ ਮੇਰੀ ਮੰਨ ਲਓ ਪਲੀਜ਼, ਇੱਕ ਗੱਲ ਬਸ। ਕੀ ਮੰਨ ਲਓ? ਮੈਨੂੰ ਇੱਥੇ ਰੱਖ ਲਓ। ਕਿਉਂ ਰੱਖ ਲਾਂ? ਤੂੰ ਮੇਰੀ ਮਾਸੀ ਦਾ ਮੁੰਡਾ ਹੈ ਜਿਹੜਾ ਮੈਂ ਤੈਨੂੰ ਇੱਥੇ ਰੱਖ ਲਾਂ, ਤੂੰ ਮੇਰੀ ਭੂਆ ਦਾ ਮੁੰਡਾ ਹੈ ਜਿਹੜਾ ਤੈਨੂੰ ਮੈਂ ਇੱਥੇ ਰੱਖ ਲਾਂ ਹੈ। ਚੋਰੀਆਂ ਕਰਕੇ ਲਿਆਇਆ ਕਰੂੰਗਾ, ਤੈਨੂੰ ਵਧੀਆ ਕੱਪੜੇ ਤੂੰ ਪਾਇਆ ਕਰੇਂਗੀ, ਸਾਰਾ ਨਜ਼ਾਰੇ ਲੈਣਗੇ, ਜਵਾਕ ਲੈਣਗੇ, ਆਪਾਂ ਦੋਵੇਂ ਵਿਆਹ ਕਰਾ ਲਾਂਗੇ। ਨਾ ਤੇਰੇ ਨਾਲ ਮੈਂ ਵਿਆਹ ਕਰਾਉਂ, ਚੋਰੀ ਚਕਾਰੀ ਵਾਲੇ ਨਾਲ ਹੈ, ਮੈਂ ਇੱਥੇ ਜੇਲਾ ਭੁਗਤਦੀ ਫਿਰੂੰ, ਤੈਨੂੰ ਫੜ ਕੇ ਕੋਈ ਲੈ ਜਾ ਕਰੂਗਾ ਸ਼ਾਮ ਸਵੇਰੇ ਪੁਲਿਸ ਵਾਲਾ। ਚਲਾ ਵਰੀ ਵਾਲੇ ਸੂਟ ਤਾਂ ਰੱਖ। ਕਿਉਂ ਮੈਂ ਰੱਖਾਂ ਤੇਰੇ ਵਰੀ ਵਾਲੇ ਸੂਟ ਹੈ? ਦੇ ਦੇ ਕਿਸੇ ਨੂੰ ਹੋਰ ਨੂੰ ਜਾ ਕੇ, ਸਿਰ ਤੇ ਤੇਰੇ ਚੁੰਨੀ ਪਾ ਦਿੰਨਾ ਮੇਰੇ, ਤੂੰ ਹੁਣ ਨਾ ਇੱਥੇ ਖਾਲੀ ਚੁੰਨੀ ਪਾ ਦਿੰਨਾ ਸਿਰ ਤੇ ਤੂੰ ਮੇਰੇ ਹੈ, ਵਗ ਜਾ ਇੱਥੋਂ ਮੈਂ ਤੈਨੂੰ ਕਹਿਤਾ। ਓਏ ਐ ਨਾ ਕਰੋ ਜੀ, ਮੈਂ ਮਾਰੂੰ ਲੱਤ ਤੋੜ ਦੂੰਗਾ, ਹਾਂ ਦੂਜੀ ਵੀ ਤੇਰੀ। ਮੈਂ ਆਸ ਲੈ ਕੇ ਆਇਆ ਜੀ, ਆਸ ਲੈ ਕੇ ਆਇਆ, ਫਿਰਦਾ ਐਵੇਂ ਮੈਥੋਂ ਲਊਗਾ ਤੂੰ, ਵਗ ਜਾ ਇੱਥੋਂ, ਮੇਰੇ ਕੋਲ ਕਿੱਥੋਂ ਆਇਆ, ਕਿੱਥੋਂ ਨੀ ਲੰਗੜੀ ਬਲਾ ਕਿਸੇ ਥਾਂ ਦੀ, ਚੱਲ ਚੱਲ ਇੱਥੋਂ ਪਰੇ, ਭੱਜ ਜਾ ਇੱਥੋਂ, ਭੱਜ ਜਾ, ਲੱਤ ਤੋੜ, ਲੱਤ ਤੋੜ, ਓਏ ਐ ਨਹੀਂ ਕਰਦਾ, ਓਹੋ ਕਰਾ ਲੈਂਦੇ ਨਾਲ ਇੱਥੇ ਮਕਲਾਵਾ ਹੁਣੇ ਹੀ ਮੈਂ। ਆਜੋ ਆਜੋ ਕਰਮਾ ਜੀ, ਆਜੋ ਆਜੋ, ਵਿਚਾਰੇ ਦੇ ਸੱਚੀ ਇੱਕ ਦੋ ਬੋਕਰਾ ਤਾਂ ਵੱਜ ਗਈਆਂ, ਮੰਨ ਗਏ, ਚਲੋ ਕੋਈ ਗੱਲ ਨੀ, ਮੈਂ ਕਿਆ ਕਰਾ ਹੀ ਲੈਂਦੀ ਆ ਵਿਆਹ ਤੇਰੇ ਨਾਲ, ਹੈਂ ਬਹੁਤ ਵਧੀਆ ਹੋ ਗਿਆ, ਹੋਰ ਕੀ, ਬਹੁਤ ਵਧੀਆ। ਤੇ ਮੈਨੂੰ ਐਂ ਦੱਸ, ਤੇ ਲੰਗੜਾ ਜਾ ਕਿਵੇਂ ਹੋਇਆ ਫਿਰਦਾ ਸੀਗਾ? ਇਹ ਤੈਨੂੰ ਮੈਂ ਦੱਸਿਆ ਤਾਂ ਹੈਗਾ ਵੀ ਕਿ ਗਵਾਂਢੀ ਸੀ ਉਹਨਾਂ ਦੇ ਘਰੇ ਵੜ ਗਿਆ ਸੀ, ਉਹਨਾਂ ਨੇ ਲੱਤ ਤੋੜਤੀ। ਲਓ ਜੀ,
ਮੈਂ ਤੇ ਕਰਮਾ ਜੀ ਨੇ ਫਨੀ ਵੀਡੀਓ ਜਿਹੜੀ ਬਣਾਈ ਆ ਤੇ ਬੌਕਰ ਵੀ ਵਿਚਾਰੇ ਦੇ ਮੈਨੂੰ ਲੱਗਦਾ ਇੱਕ ਦੋ ਵੱਜ ਹੀ ਗਈਆਂ ਤੇ ਮਾਈਂਡ ਨਾ ਕਰਿਓ ਜੀ ਤੁਸੀਂ ਤੇ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਜੀ ਤੁਹਾਨੂੰ ਇਹ ਹਸਾਉਣ ਵਾਸਤੇ ਅਸੀਂ ਉਪਰਾਲਾ ਕਰਦੇ ਰਹਿੰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਬੰਦਾ ਹੱਸਦਾ ਖੇਡਦਾ ਰਹੇ ਟੈਨਸ਼ਨ ਭਰੀ ਜ਼ਿੰਦਗੀ ਹੈ ਜਿਹੜੀ ਉਹਦੇ ਵਿੱਚੋਂ ਥੋੜੀ ਬਹੁਤ ਕਮੇਡੀ ਜਿਹੜੀ ਹੋ ਜਾਏ ਤਾਂ ਬੰਦਾ ਖੁਸ਼ ਰਹਿ ਜਾਂਦਾ ਹੈ ਨਾ ਤੇ ਆਪਣੇ ਆਪ ਦੇ ਲਓ ਹੁਣ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਬਰੀ ਦੇ ਸੂਟ ਦੇ ਰਿਹਾ ਇਹਨੂੰ ਲਓ ਜੀ ਆਹ ਬਰੀ ਦੇ ਸੂਟ ਹੈਗੇ ਇਹਦੇ ਵਿੱਚ ਪਾਏ ਹੋਏ ਤੇ ਮੈਂ ਆਪਦਾ ਘਰੇ ਜਾ ਕੇ ਨਾ ਧੋ ਕੇ ਬਰੀ ਦੇ ਸੂਟ ਹੈ ਜਿਹੜੇ ਇਹ ਪਾ ਲੂੰਗੀ ਤੇ ਲਓ ਜੀ ਆਪਾਂ ਵਿਆਹ ਕਰਾ ਲਿਆ ਦੋਨਾਂ ਨੇ ਤੇ ਥੈਂਕ ਯੂ ਸੋ ਮੱਚ ਜੀ ਤੇ ਕਰਮਾ ਪੰਮੀ ਆਪਣਾ ਯੂਟਿਊਬ ਚੈਨਲ ਹੈ ਜੀ ਤੁਸੀਂ ਸਾਰਿਆਂ ਨੇ ਦੇਖਣਾ ਤੇ ਹੋਰ ਵੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ